ਇੱਕ ਵੀਤ ਦਿਨ ਇਹ ਮਾਮਲਾ ਬੜਾ ਵਾਇਰਲ ਹੋ ਰਿਹਾ ਸੀ ਤੁਸੀਂ ਸਾਰੇ ਪੱਤਰਾਂ ਦਾ ਪਾਚਰਨ ਪਤਾ ਕਿ ਸਲੀਮ ਨੇ ਇੱਕ ਗੁਸਤਾਖੀ ਕੀਤੀ ਹੈ ਗੁਨਾਹ ਕੀਤਾ ਜਿਸ ਨੇ ਮਾਫੀ ਮੰਗਨ ਤੋਂ ਬਾਅਦ بار بار ਸਾਡੇ ਸਨਾਤਨ ਨੂੰ ਟਾਰਗੇਟ ਕੀਤਾ ਔਰ ਉਦੋਂ ਮਾਫੀ ਕੁਝ ਬੰਦ ਕਮਰੇ ਦੇ ਵਿੱਚ ਸਵੇਪੂ ਜੋ ਪਰਿਆਪਨ ਸੰਤ ਕਹਿੰਦਾ ਅਸ਼ਵਨੀ ਗੱਗੀ ਇਹਨਾਂ ਨੇ ਉਹਨੂੰ ਮਾਫੀ ਦਿੱਤੀ ਉਹ ਮਾਫੀ ਦੇਣ ਦਾ ਪਿੱਛੇ ਇਹਨਾਂ ਦਾ ਕੀ ਸਮਝੌਤਾ ਸੀਗਾ ਉਹਦੀ ਪੜਤਾਲ ਅਸੀਂ ਕਰ ਰਹੇ ਹਾਂ ਆਪਣੇ ਪੱਤਰ ਦੇ ਤੇ ਮੈਂ 2 ਦਿਨ ਪਹਿਲਾਂ ਇੱਥੇ ਆ ਕੇ ਇੱਕ ਪ੍ਰੈਸ ਵਾਰਤਾ ਕਰਨ ਤੋਂ ਬਾਅਦ ਮਾ ਕਾਲੀ ਦੇ ਚਰਨਾਂ ਦੇ ਵਿੱਚ ਅਰਪਣ ਹੋਇਆ ਆਪਣੇ ਆਪ ਨੂੰ ਔਰ ਮੈਂ ਮਾਤਾ ਚ ਕਾਲੀ ਨਾਲ ਵਾਅਦਾ ਕੀਤਾ ਕਿ ਸਲੀਮ ਦੇ ਖਿਲਾਫ ਇੱਕ ਐਫਆਈਆਰ ਅਦਾਜ ਕਰਾ ਕੇ ਤੁਹਾਡੇ ਚਰਨਾਂ ਨੂੰ ਪਿੰਡ ਕਰਾਂਗੇ ਜਿਸ ਤੋਂ ਤਿਲ ਮਲਾ ਕੇ ਇਹਨਾਂ ਲੋਕਾਂ ਨੇ ਰਿਐਕਟ ਕੀਤਾ ਔਰ ਸਲੀਮ ਦੇ ਨਾਲ ਜਾ ਕੇ ਖੜ ਗਏ ਉਹਦੇ ਪ੍ਰਵਕਤਾ ਬਣ ਗਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਸਨਾਤਨ ਧਰਮ ਦੇ ਵਿੱਚ ਜਿੰਨੇ ਆਸਥਾ ਰੱਖਣ ਵਾਲੇ ਸਾਡੇ ਲੋਕ ਹੈ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਇਆ ਇੱਕalle ਗੱਗੀ ਆ ਉਹਦੇ ਨਾਲ ਚਾਰ ਬੰਦੇ ਜਿਹੜੇ ਰਲੇ ਹੋਏ ਸੀਗੇ ਇਹਨਾਂ ਨੂੰ ਕੀਹਦੇ ਹੱਕ ਦਿੱਤਾ ਸੀ ਕਿ ਉਹਨੂੰ ਮਾਫ ਕਰਨ ਦਾ ਪਹਿਲਾ ਸਵਾਲ ਸਾਡਾ ਇਹ ਉਤ ਜੀ ਸਲੀਮ ਦੀ ਗੱਲ ਕਰ ਲਈਏ ਜਾਂ ਕੁਝ ਹੋਰ ਲੋਕਾਂ ਦੀ ਗੱਲ ਕਰ ਲਈਏ ਇਹ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਸਨਾਤਨ ਦੇ ਬਾਰੇ ਜਾਂ ਕਿਸੇ ਵੀ ਧਰਮ ਦੇ ਬਾਰੇ ਬੋਲਦੇ ਆ ਤੇ ਬਾਅਦ ਵਿੱਚ ਮਾਫੀ ਮੰਗ ਲੈਂਦੇ ਆ ਹੁੰਨੀ ਹੋਏਗਾ ਹੁੰਨੀ ਹੋਏਗਾ ਕੋਈ ਜਾਇਜ਼ ਨਹੀਂ ਹੈ ਮਾਫੀ ਦੇਣਾ ਔਰ ਜਿਸ ਨੇ ਜੋ ਗਲਤੀ ਕੀਤੀ ਹੈ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲੇਗੀ ਜਦੋਂ ਗੁਰਦਾਸ ਮਾਨ ਸਾਹਿਬ ਨੇ ਇੱਕ ਮੀਡੀਆ ਦੇ ਵਿੱਚ ਹੀ ਆ ਇੱਕ ਸਟੇਜ ਦੇ ਉੱਤੇ ਔਰ ਉਹ ਆਪਣਾ ਮਰਾਸ਼ਾ ਦੀ ਜੀ ਦੀ ਤੁਲਨਾ ਜਿਹੜੀ ਸੀਗੀ ਉਹ ਗੁਰੂਆਂ ਨਾਲ ਕੀਤੀ ਤਾਂ ਉਸ ਨੂੰ ਕਿੰਨਾ ਕੁ ਮਾਫ ਕੀਤਾ ਸਾਡੇ ਸਿੱਖ ਭਰਾਵਾਂ ਨੇ ਤੇ ਅੱਜ ਸਾਡੇ ਸਿੱਖ ਭਰਾ ਸਾਡੇ ਨਾਲ ਔਰ ਜਿਸ ਤਰੀਕੇ ਨਾਲ ਸਰਾਤਨ ਦੇ ਉੱਤੇ ਕੋਈ ਵੀ ਟਾਰਗੇਟ ਕਰੇਗਾ ਠੀਕ ਹੈ ਉਸ ਨੂੰ ਉਸ ਦਾ ਜਵਾਬ ਮਿਲੇਗਾ ਹੀ ਮਿਲੇਗਾ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹਨਾਂ ਖਿਲਾਫ ਧਾਰਮਿਕ ਸਜ਼ਾ ਵੀ ਤੈਅ ਕਰਾਂਗੇ ਇਹਨਾਂ ਲੋਕਾਂ ਦੀ ਧਾਰਮਿਕ ਆਯੋਜਨਾਵਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਵੀ ਕਰਾਂਗੇ ਹਿੰਦੂਆਂ ਨੂੰ ਇਹ ਸਮਝਣਾ ਚਾਹੀਦਾ ਵੀ ਇਹ ਲੋਕ ਮर्यादा ਤੋਂ ਬਾਹਰ ਹੋ ਕੇ ਤੁਹਾਡੀ ਮर्यादा ਨੂੰ ਪੰਗ ਕਰਦੇ ਆਂ ਔਰ ਤੁਸੀਂ ਇੱਕ ਬਚਾਸ ਦੀ ਲੜਾਈ ਲੜਨ ਦੇ ਲਈ ਕਿ ਅਸੀਂ ਸਲੀਮ ਮਨਾ ਆ ਬੁਲਾਇਆ ਹੋਇਆ ਜੋ ਕਿ ਸਲਮਾਨ ਖਾਨ ਦੇ ਪਿੱਛੇ ਗੰਦਾ ਹੈ ਐਸੇ ਲੋਕ ਬੰਦੇ ਨੂੰ ਤੁਸੀਂ ਪੈਸੇ ਦੇ ਕੇ ਬੁਲਾਉਂਦੇ ਹੋ ਔਰ ਮर्यादा ਨੂੰ ਪੰਗ ਕਰਦੇ ਹੋ ਜੋ ਕਿ ਸਟੇਜ ਦੇ ਉੱਤੇ ਅੱਲਾ ਇਥੇ ਗਈ ਹੈ ਹਿੰਦੂਆਂ ਦੀ ਮਰਿਆਦਾ ਹਿੰਦੂਆਂ ਨੂੰ ਸਮਝਣਾ ਚਾਹੀਦਾ ਹੈ ਇਸ ਚੀਜ਼ ਨੂੰ ਕਿ ਐਸੇ ਲੋਕਾਂ ਦਾ ਬਰਹਿਸ਼ਕਾਰ ਕਰਨਾ ਚਾਹੀਦਾ ਜੋ ਸਨਾਤਨ ਦੇ ਬਾਰੇ ਟਿੱਪਾ ਟਿਪ ਨਹੀਂ ਕਰੇਗਾ ਉਸ ਦਾ ਕੜਾ ਵਿਰੋਧ ਸਨਾਤਨ ਡਟ ਕੇ ਕਰੇਗਾ ਕਨੇਗਿਆ ਮਿੱਤਲ ਨੇ ਵਿਰੋਧ ਕੀਤਾ ਸੀ ਤੁਸੀਂ ਉਸ ਵਿਰੋਧ ਦੇ ਨਾਲ ਸਹਿਮਤ ਬਿਲਕੁਲ ਉਸ ਨੇ ਇੱਕ ਮਰਿਆਦਾ ਸਮਝਾਈ ਸੀ ਅਸੀਂ ਉਸ ਤੋਂ ਸਹਿਮਤ ਹਾਂ ਅਸੀਂ ਚਾਹਦੇ ਹਾਂ ਸਾਡੇ ਧਾਰਮਿਕ ਆਯੋਜਨਾਂ ਦੇ ਵਿੱਚ ਜੋ ਹਿੰਦੂ ਆ ਜੋ ਗਾਇਕ ਹੈ ਸਾਡੇ ਇਹ ਨਹੀਂ ਕਿ ਅਸੀਂ ਕਨੇਗਿਆ ਮਿੱਤਲ ਨੂੰ ਹੀ ਟਾਰਗੇਟ ਕਰਦੇ ਹਾਂ ਜੋ ਵੀ ਗਾਇਕ ਹੈਗਾ ਉਹਨੂੰ ਜਾਣਨਾ ਚਾਹੀਦਾ ਉਹਨਾਂ ਨੂੰ ਹੀ ਕਰਨਾ ਚਾਹੀਦਾ ਹਿੰਦੂਆਂ ਨੂੰ ਤੁਹਾਡੀ ਇੱਕ ਸ਼ਰਧਾ ਪੂਰੀ ਹੁੰਦੀ ਹੈ ਤੁਹਾਡੀ ਇੱਕ ਤੁਹਾਡੀ ਕੋਈ ਮੰਨਤ ਪੂਰੀ ਹੁੰਦੀ ਤੁਸੀਂ ਜਗਰਾਤਾ ਕਰਾਉਂਦੇ ਹੋ ਸਵੇਰੇ ਤਾਰਾ ਨਦੀ ਕਥਾ ਤੱਕ ਤੁਸੀਂ ਸ਼ਰਧਾ ਨਾਲ ਬੈਠਦੇ ਹੋ ਉੱਥੇ ਕੁਝ ਕੁਝ ਲੱਖ ਰੁਪਏ ਲੈ ਕੇ 8000 ਤੋਂ 10 ਲੱਖ ਰੁਪਏ ਲੈ ਕੇ ਮੁਸਲਮਾਨ ਸਿੰਘਰਾਂ ਨੂੰ ਗਵਾ ਕੇ ਤੁਸੀਂ 10-15 ਮਿੰਟ ਚ ਭੇਜ ਦਿੰਦੇ ਹੋ ਕਿੱਥੇ ਗਈ ਤੁਹਾਡੀ ਆਸਥਾ ਤੇ ਕਿੱਥੇ ਗਈ ਤੁਹਾਡੀ ਤੁਹਾਡੀ ਜਿਹੜੀ ਆਪ ਆਪਣੇ ਸਰਾਤਾ ਤੁਹਾਡੇ ਮੰਚੋਂ ਕਿੱਥੇ ਹੈ ਮੰਚਾਂ ਨਾਲ ਗ੍ਰੰਥ ਬਣਾਇਆ ਗਿਆ ਜਾਗਰਣ ਇੱਕ ਮੰਚ ਗ੍ਰੰਥ ਹੈ ਉਸ ਦੀ ਤੁਸੀਂ ਹਮ ਕਰਦੇ ਬਿਲਕੁਲ ਕਰਦੇ ਉਸ ਵਿੱਚ ਮਰਾਦਾ ਤੈ ਕੀਤੀ ਗਈ ਸੀ ਪਰ ਉਸ ਨੂੰ ਦੇਣਾ ਅਧਿਕਾਰ ਨਹੀਂ ਮੰਨਦੇ ਵੀ ਹਰੇਕ ਬੰਦਾ ਚੱਕ ਕੇ ਆਪਣੇ ਹੱਥ ਦੇ ਵਿੱਚ ਮਾਸ ਮੱਸੀ ਖਾ ਕੇ ਤੇ ਉਸ ਨੂੰ ਆਪਣੇ ਹੱਥ ਦੇ ਵਿੱਚ ਚੱਕ ਕੇ ਫਿਰ ਤੋੜਦਾ ਫਿਰ ਜੋ ਮर्यादा ਜਾਣਦਾ ਉਹ ਹੀ ਉਸ ਗ੍ਰੰਥ ਨੂੰ ਸਾਹਮਣੇ ਉਸ ਦੇ ਮੁਤਾਬਿਕ ਜਾਗਰਨ ਹੋਣ ਬਿਲਕੁਲ ਹੋਣੇ ਚਾਹੀਦੇ ਮर्यादा ਜਾਗਰਨ ਦੀ ਸ਼ਰਮਾ ਜੀ ਜਦੋਂ ਇਸ ਬਾਬਲੇ ਤੋਂ ਬਰਮਾ ਨਾਲ ਗਰੀਨਾ ਕਰ ਕੀਤੀ ਤਾਂ ਉਹਨੇ ਕਿਹਾ ਕਿ ਮਾਸਟਰ ਸੁਲੀਮੋਂੋਂ ਨਹੀਂ ਹੈਗੇ ਉਹ ਮਰਾਸੀ ਨੇ ਹਿੰਦੂ ਮਰਾਸੀ ਅਸੀਂ ਤਾਂ ਉਹਨੂੰ ਪਹਿਲਾਂ ਵੀ ਸਵਾਲ ਕੀਤਾ ਸੀ ਤੂੰ ਕਿਦਾਂ ਸੁੰਨਤ ਚੈੱਕ ਕੀਤੀ ਜਾ ਕੇ ਉਸ ਦੀ ਕਿ ਉਹ ਹਿੰਦੂ ਹੈ ਕਿ ਨਹੀਂ ਹੈ ਅਗਰ ਤੂੰ ਚੈੱਕ ਕੀਤੀ ਹੈ ਕਿਹੜੇ ਕਮਰੇ ਚੈੱਕ ਕੀਤੇ ਸੀ ਉਹਦੀ ਵੀ ਸ਼ੁੱਧੀਕਰਨ ਕਰਾਵਾਂਗੇ ਮੰਦਰ ਦਾ ਠੀਕ ਹੈ ਇਹ ਕੌਣ ਹੁੰਦੇ ਆ ਤੈਅ ਕਰਨ ਵਾਲੇ ਮर्यादा ਪੰਖ ਜੀ ਹਿੰਦੂ ਵੀ ਕਰਦਾ ਤਾਂ ਵੀ ਉਸ ਨੂੰ ਸਜ਼ਾ ਦੇਣ ਦੇ ਲਈ ਅਸੀਂ ਅੱਗੇ ਆਵਾਂਗੇ ਇੱਕ ਪ੍ਰਸ਼ਨ ਹੋਰ ਹੈ ਜੀ ਜਿਸ ਤਰ੍ਹਾਂ ਇਹ ਸਮਾਪਨ ਕਾਰਨ ਮਸ ਇਹ ਦਾ ਵੀ ਕਰੇ ਕਿਹਾ ਉਹਦਾ ਪਰਿਵਾਰ ਮਾਤਾ ਦੇ ਵਿੱਚ ਪੁੰਨੀ ਦੇ ਲਗਾਤਾਰ ਜਾਂਦਾ ਇਹ ਤਰਕ ਕੀਤਾ ਜਾ ਰਿਹਾ ਉਸੇ ਤਰ੍ਹਾਂ ਹੀ ਬ੍ਰਿੰਦਰ ਸ਼ਰਨਾਲੇ ਜਿਹੜੇ ਵਿਸ਼ਵ ਹਿੰਦੂ ਫਕਟ ਦੇ ਪ੍ਰਧਾਨ ਨੇ ਉਹ ਵੀ ਆਪਣੇ ਬਾਈਟ ਦੇ ਵਿੱਚ ਕਹਿ ਰਹੇ ਕਿ ਮੈਂ ਬੁਲਾ ਕੇ ਜਾਗਰਣ ਕਰਾਵਾਂਗਾ ਦੇਖੋ ਇਹਨਾਂ ਨੂੰ ਉਹਨੂੰ ਉਹਦੇ ਜਾਗਰਣ ਕਰਾਵਾਂਗਾ ਇਹ ਤਾਂ ਸੜਨਲੀ ਕਹਿੰਦੇ ਗਰਮ ਦੀ ਗੱਲ ਹੈ ਜੇਕਰ ਉਸ ਮਾਤਾ ਵਾਲੇ ਦੇ ਖੰਡ ਕਰਦੇ ਦੇਖੋ ਮੈਨੂੰ ਇਹਨਾਂ ਦੀ ਨਿੱਜੀ ਜੋ ਸੋਚ ਹੈ ਉਸ ਤੇ ਬੜੀ ਸ਼ਰਮ ਆਉਂਦੀ ਹੈ ਇਹ ਕਿਸ ਤਰ੍ਹਾਂ ਦੇ ਹਿੰਦੂ ਆ ਕਿਸ ਤਰ੍ਹਾਂ ਕੇ ਹਿੰਦੂਆਂ ਦੀ ਸਨਾਤਨੀ ਅਗਵਾਈ ਕਰਦੇ ਆ ਇਹ ਸਵੇਪੂ ਬਣੇ ਹੋਏ ਲੋਕ ਨੇ ਜਿਨ੍ਹਾਂ ਦਾ ਮਰਿਆਦਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਗੈਰ ਇਹੀ ਗੱਲ ਵਿਰੇਸ਼ਨ ਵਾਲੇ ਦੀ ਮੈਨੂੰ ਇਹ ਲੱਗਦਾ ਵੀ ਉਹ ਆਪ ਹੀ ਕਿਤੇ ਨਾ ਕਿਤੇ ਮੁਸਲਮਾਨ ਵਜਬ ਨੂੰ ਫੋਲੋ ਕਰਦਾ ਤੇ ਉਹ ਅੱਧਾ ਮੁਸਲਮਾਨ ਬਣ ਵੀ ਚੁੱਕਾ ਜੋ ਐਸੇ ਬਿਆੰਦਾ। ਕਿ ਜਿਹੜਾ ਸਲੀਮ ਦਾ ਮਾਮਲਾ ਪਿੱਛੇ ਉਹ ਕਿ ਹਿੰਦੂ ਤੱਕ ਹੁਣ ਯਾਰਾ ਬੰਡਿਆ ਨਜ਼ਰ ਆ ਰਿਹਾ ਕਿਵੇਂ ਦੇਖੋ ਹਿੰਦੂ ਤੱਕ ਤਾਂ ਬੰਡਿਆ ਨਹੀਂ। ਹਿੰਦੂ ਸੰਗਠਨ ਪਹਿਲਾਂ ਵੀ ਇਕਜੁੱਟ ਸੀਗੇ ਹੁਣ ਵੀ ਇਕਜੁੱਟ ਨੇ। ਜਿਹੜਾ ਮਾਸਟਰ ਸਲੀਮ ਆਲਾ ਪ੍ਰਕਰਨ ਹੁੰਦਾ ਜਿਹੜੇ ਇਹ ਅਖੌਤੀ ਜਿਹੜੇ ਆਪਣੇ ਆਪ ਨੂੰ ਇਹ ਕਹੌਂਦਾ ਕਿ ਮੈਂ ਜੀ ਉਹ ਤੇ ਹਿੰਦੂ ਤੱਕ ਦਾ ਮੁਖੀ ਬਣ ਗਿਆ। ਇੱਕ ਕਮਰੇ ਦੇ ਵਿੱਚ ਬੈਠ ਕੇ ਮਾਸਟਰ ਸਲੀਮ ਨੂੰ ਇਹ ਮਾਫੀ ਦਿੰਦਾ ਆ ਇਹ ਪਹਿਲਾਂ ਵੀ ਚੈਨਲਾਂ ਨੂੰ ਮੈਂ ਕਿਹਾ ਹੈ ਸਿੱਧਾ ਤੇ ਸਿੱਧਾ ਪੈਸੇ ਦਾ ਲੈਣ ਦੇਣ ਕਰਕੇ ਇਹਨੂੰ ਮਾਫੀ ਦਿੱਤੀ ਹੈ ਮਾਸਟਰ ਸਲੀਮ ਇੱਕ ਗੱਲ ਬੋਲਦਾ ਮਾਫੀ ਮੰਗ ਲੈਂਦਾ ਉਸ ਤੋਂ ਬਾਅਦ ਫੇਰ ਅਗਲੀ ਵਾਰ ਜਾ ਕੇ ਫੇਰ ਦੁਬਾਰਾ ਧਰਮ ਨੂੰ ਟਾਰਗੇਟ ਕਰਦਾ ਤਾਂ Hindu ਤਖਤ ਨੇ ਤੇ ਹੋਰ Hindu ਸੰਗਠਨਾਂ ਨੇ ਬੀੜਾ ਚੱਕਿਆ ਇਹਦਾ ਹਰ ਜਗ੍ਹਾ ਤੇ ਵਿਰੋਧ ਕਰਾਂਗੇ ਜਿਹੜੇ ਸਾਡੇ ਸਨਾਤਨ ਧਰਮ ਦੀ ਆੜ ਦੇ ਵਿੱਚ ਇਹ ਧਰਮ ਦੇ ਟੇਕੇਦਾਰ ਗੱਗੀ ਪੰਡਤ ਵਰਗੇ ਬਣੇ ਫਿਰਦੇ ਨੇ ਨਾਲ ਇਹਨਾਂ ਦਾ ਵੀ ਪਰਦਾ ਪਾਸ਼ ਕਰਾਂਗੇ ਜਨਤਾ ਦੇ ਸਾਹਮਣੇ ਇਹਨਾਂ ਦਾ ਅਸਲੀ ਚਿਹਰਾ ਲੈ ਕੇ ਆਵਾਂਗੇ ਕੱਲ ਤੁਹਾਡੇ ਚੈਨਲਾਂ ਦੇ ਮਾਧਮ ਰਾਹੀਂ ਉਹ ਗੱਗੀ ਪੰਡਤ ਕਹਿ ਰਿਹਾ ਕਿ ਮੈਂ ਪੁਰਾਣਾ ਗੱਗੀ ਪੰਡਤ ਕਿ ਉਹੀ ਗੱਗੀ ਪੰਡਤ ਜੀਤੇ ਦਾਰੂਆਂ ਦੇ ਪਰਚੇ ਟੀਮ ਦੇ ਪਰਚੇ ਗਊਆਂ ਦੀਆਂ ਗੱਡੀਆਂ ਚੜਨ ਦੇ ਪਰਚੇ 900 ਚੂਹੇ ਕਾ ਕੇ ਬਿੱਲੀ ਅੱਜ ਨੂੰ ਚਲ ਪਈ ਅੱਜ ਉਹ ਇੱਕ ਚੋਲਾ ਪਾ ਕੇ ਮਤਲਬ ਧਰਮ ਦੀ ਆੜ ਦੇ ਵਿੱਚ ਇੱਕ ਪੰਤ ਦਾ ਜਿਹੜਾ ਹੈ ਮਤਲਬ ਜਿਹਨੂੰ ਕਹਿੰਦੇ ਆ ਸਨਾਤਨ ਦਾ ਧਾਰਾ ਲੈ ਕੇ ਉਹ ਜਿਹੜਾ ਹੁਣ ਸੌਦੇਬਾਜ਼ੀਆਂ ਕਰਨ ਲੱਗ ਗਿਆ ਪਟਿਆਲੇ ਦਾ ਸਨਾਤਨੀ Hindu ਪੰਜਾਬ ਦਾ ਸਨਾਤਨੀ Hindu ਅੱਤਵਾਦ ਦੇ ਟਾਈਮ ਦੇ ਵਿੱਚ ਬੜਾ ਦੁੱਖ ਚ ਛੇਲਿਆ ਪਰ ਐਓ ਜੇ ਧਰਮ ਦੇ ਟੇਕੇਦਾਰ ਜਿਹੜੇ ਧਰਮ ਦੀ ਆੜ ਦੇ ਵਿੱਚ ਗੁੰਡਾਗਰਦੀ ਵੀ ਕਰ ਰਹੇ ਨੇ ਇੱਕ ਪਾਸੇ ਤਾਂ ਗੱਗੀ ਪੰਦਰ ਨੂੰ ਜਦ ਤੱਕ ਲੰਗਰ ਕਮੇਟੀ ਜਗ੍ਹਾ ਨਹੀਂ ਮਿਲੀ ਉਹ ਕਹਿੰਦਾ ਲੰਗਰ ਕਮੇਟੀ ਚੋਰ ਹੈ ਇਹ ਪ੍ਰਸ਼ਾਦ ਮਾਫੀਆ ਉਸ ਟਾਈਮ ਲੰਗਰ ਕਮੇਟੀ ਕਿਹਦੇ ਕੋਲ ਸੀ ਪੰਚਾਨੰਦ ਗਿਰੀ ਜੀ ਉਹਦੇ ਅਧਿਕਾਰ ਸੀਗੇ ਦੁਕਾਨਾ ਕਿਹਦੇ ਕੋਲ ਸੀ ਪੰਚਾਨੰਦ ਗਿਰੀ ਜੀ ਦੀ ਅਧਿਕਾਰਸਤਾ ਦੇ ਵਿੱਚ ਸੀ ਇਹਦਾ ਮਤਲਬ ਜਿਸ ਗੁਰੂ ਦਾ ਚੇਲਾ ਉਹ ਬਣਿਆ ਹੋਇਆ ਆਪਣੇ ਗੁਰੂ ਨੂੰ ਇਹ ਚੋਰ ਕਹਿ ਰਿਹਾ ਮੀਡੀਆ ਨੇ ਉਹ ਤੋਂ ਸਮਝ ਨਹੀਂ ਪੁੱਛਿਆ ਪਰ ਜਦੋਂ ਉਹਨੂੰ ਲੰਗਰ ਕਮੇਟੀ ਨੇ ਕਮਰਾ ਦੇਤਾ ਤਾਂ ਅੱਜ ਜਿਹੜਾ ਆ ਉਹ ਲੰਗਰ ਜਿਹੜੇ ਦੂਸਰੀਆਂ ਸੰਸਥਾਵਾਂ ਜਿਨ੍ਹਾਂ ਨੂੰ ਪ੍ਰਸ਼ਾਦ ਮਾਫੀਆ ਉਹ ਕਹਿ ਰਹੀ ਆ ਥੀ ਉਸ ਹੱਦ ਹੋ ਗਏ ਸਾਡਾ ਪ੍ਰੈਸ ਮੀਡੀਆ ਦੇ ਰਾਹੀਂ ਇਹ ਸਵਾਲ ਹੈ ਔਰ ਲੋਕਾਂ ਨੂੰ ਵੀ ਇਹ ਬੇਨਤੀ ਕਰਾਂਗੇ ਜਿਹੜੇ ਧਰਮ ਦੀ ਆੜ ਦੇ ਵਿੱਚ ਇਹ ਠੇਕੇਦਾਰੀ ਕਰ ਰਹੇ ਕਥਿਤ ਲੋਕ ਨੇ ਇਹਨਾਂ ਤੋਂ ਬਚਨ ਦੀ ਲੋੜ ਹੈ Hindu Takat ਦੀ ਗੱਲ ਆ ਰਹੀ ਹੈ Hindu Takat ਦੇ ਸਾਰੇ origignal paper ਜਿਹੜੇ ਨੇ SSP ਪਟਿਆਲਾ ਜੀ ਨੂੰ ਦੇ ਚੁੱਕੇ ਆ ਜੇ ਗੱਗੀ ਪੰਡਿਤ ਕੋਲੇ Hindu Takat ਦਾ ਕੋਈ ਪੇਪਰ ਹੈਗਾ ਤਾਂ ਉਹ ਪੇਪਰ ਦਿਖਾਵੇ ਇਹ ਨਹੀਂ ਹੈਗਾ 10 ਬੰਦੇ ਇਕੱਠੇ ਹੋ ਕੇ ਕਿ ਮੰਨੂ ਜੀ ਥਾਪਤਾ ਜੀ ਮੰਨੂ ਇਹਨਾਂ ਨੇ ਥਾਪਿਆ ਤਾਂ ਮੈਂ Hindu ਤੱਕ ਦਾ ਮੁਕੀ ਹੋ ਗਿਆ ਬੋਲਣਾ ਕਾਗਜ਼ਾਂ ਨੇ ਕਾਗਜ਼ ਐਸਐਸਪੀ ਪਟਿਆਲਾ ਦੇ ਸਾਹਮਣੇ ਨੇ ਐਸਐਸਪੀ ਪਟਿਆਲਾ ਸਾਹਿਬ ਨੂੰ ਅਸੀਂ ਮਿਲਣ ਆਏ ਆਂ ਬੇਨਤੀ ਕਰਨ ਆਏ ਆਂ ਕਿ ਇਹ ਜੇ ਸਨਾਤਨ ਧਰਮ ਦੀ ਆੜ ਲੈ ਕੇ ਚੋਲਾ ਪਾ ਕੇ ਜਿਹੜੇ ਸੌਦੇਬਾਜ਼ੀ ਕਰਨ ਵਾਲੇ ਲੋਕ ਨੇ ਇਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਤੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਅਸੀਂ ਮਾਸਟਰ ਸਲੀਮ ਦੇ ਖਿਲਾਫ ਕਾਰਵਾਈ ਵਾਸਤੇ ਆਏ ਹਾਂ ਕਿ ਗਿੱਕੀ ਪੰਡਤ ਵਾਸਤੇ ਅਸੀਂ ਮਾਸਟਰ ਸਲੀਮ ਤੇ ਗੱਗੀ ਪੰਡਤ ਦੋਹਾਂ ਦੇ ਖਿਲਾਫ ਕਰਨ ਵਾਸਤੇ ਆਏ ਆ ਮਾਸਟਰ ਸਲੀਮ ਨੇ ਤਾਂ ਜਿਹੜਾ ਪਾਪ ਕੀਤਾ ਹੀ ਕੀਤਾ ਉਹ ਤਾਂ ਸਜ਼ਾ ਦਉਂਗੇ ਹੀ ਦਵਾਂਗੇ ਜਿਹੜੀ ਵੀ ਹਿੰਦੂ ਤਖਤ ਤੈਅ ਕਰੂਗਾ ਹਿੰਦੂ ਜਥੇਬੰਦੀਆਂ ਤੈਅ ਕਰਨਗੀਆਂ ਨਾਲ ਸਜ਼ਾ ਦੇ ਹੱਕਦਾਰ ਇਹ ਧਰਮ ਦੇ ਠੇਕੇਦਾਰ ਵੀ ਨੇ ਜਿਹੜੇ ਇੱਕ ਪਾਸੇ ਤਾਂ ਪਰਾਤਨ ਸਾਡੇ ਗ੍ਰੰਥ ਪਵਿੱਤਰ ਗ੍ਰੰਥਾਂ ਨੂੰ ਐਹੋ ਜੀ ਲੋਕਾਂ ਦੇ ਹੱਥ ਦਿੰਦੇ ਨੇ ਤੇ ਉਹਦੀ ਜਿਹੜੀ ਮਾਨ ਮਰਿਆਦਾ ਨੂੰ ਇਹ ਆਪ ਤਾਰ-ਤਾਰ ਕਰ ਰਹੇ ਨੇ ਉਸ ਤੋਂ ਬਾਅਦ ਸਸਤੀ ਲੋਕਪ੍ਰਿਤਾ ਲੈਣ ਵਾਸਤੇ ਇਹ ਲੋਕ ਕਹਿੰਦੇ ਨੇ ਕੀ ਸਾਡੇ ਧਰਮ ਦੀ ਬੇਅਦਬੀ ਹੋਈ ਜਾਂ ਸਾਡੇ ਗ੍ਰੰਥਾਂ ਦੀ ਬੇਅਦਬੀ ਹੋਈ ਕਿਸੇ ਗੈਰ ਸਮਾਜ ਦੇ ਬੰਦੇ ਨੂੰ ਜਿਹੜੇ ਬੰਦੇ ਨੂੰ ਉਸ ਧਰਮ ਬਾਰੇ ਉਸ ਸੰਸਕ੍ਰਿਤੀ ਬਾਰੇ ਪਤਾ ਕੁਛ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਅਗਰ ਉਹ ਗ੍ਰੰਥ ਦੋਵੋਗੇ ਤੇ ਕੱਲ ਨੂੰ ਉਹ ਬੇਅਦਬੀ ਹੁੰਦੀ ਹੈ ਤਾਂ ਉਹਦੇ ਦੋਸ਼ੀ ਜਿਹੜੇ ਇਹ ਧਰਮ ਦੇ ਠੇਕੇਦਾਰ ਕਹਲائے ਜਾਣਗੇ ਜਿਵੇਂ ਤੁਸੀਂ ਉਹਨਾਂ ਤੇ ਪ੍ਰੇਮ ਲਗਾਇਆ ਹੋਵੇ ਕਿ ਅਸੀਂ ਉਹਦੇ ਬੱਚੇ ਵੀ ਬਹੁਤ ਬਣ ਜਾਂਦੇ ਉਸੇ ਤਰ੍ਹਾਂ ਤੁਹਾਡੇ ਵੀ ਪ੍ਰੇਮ ਲਗਾਉਣ ਦੇ ਲੋਕ ਕਹਿੰਦੇ ਕਿ 25-25000 ਪਿੰਦਾ ਕਿ ਛੋਟਕੀ ਪ੍ਰੋਫੈਸਰ ਵਾਲੀ ਦਿਖਾਓ ਕਿਸੇ ਪੂਰੇ ਪੰਜਾਬ ਦੇ ਅਫਸਰਾਂ ਨੂੰ ਡੀਜੀਪੀ ਸਾਹਿਬ ਤੋਂ ਲੈ ਕੇ 23 ਜ਼ਿਲ੍ਹਿਆਂ ਦੇ ਐਸਐਸਪੀ ਨੂੰ ਦਿਖਾਓ ਹਤੇਸ਼ ਭਰਦਵਾਜ ਨੇ ਕਦੇ ਕਿਸੇ ਦੀ ਲੈਟਰ ਵਾਸਤੇ ਕਿਸੇ ਦੀ ਸਿਕਿਉਰਿਟੀ ਵਾਸਤੇ ਕੋਈ ਪੱਤਰ ਲਿਖਿਆ ਉਹ ਜਿਹੜਾ ਆ ਉਹ ਸਾਡੇ ਦਾ ਇਹ ਵੀ ਕਹਿੰਦਾ ਵੀ ਇਹ ਤਾਂ ਨਕਲੀ ਜਾਂ ਸੰਗਠਨ ਬਣਾਈ ਫਿਰਦੇ ਨੇ ਜਿਹੜੀ ਸਰਕਾਰ ਨੇ ਸੰਗਠਨ ਰਜਿਸਟਰਡ ਕੀਤਾ ਆ ਰਜਿਸਟਰਡ ਸੰਗਠਨ ਚੱਲ ਰਿਹਾ ਇਹਨੇ ਚੋੜਾ ਅੱਜ ਪਾਇਆ ਇਹਦੇ ਵਾਂਗੂ ਐ ਨਹੀਂ ਵੀ ਚਾਰ ਬੰਦੇ ਇਕੱਠੇ ਕਰਕੇ ਹਿੰਦੂ ਤਖਤ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਆਰਗੇਨਾਈਜੇਸ਼ਨ ਰਜਿਸਟਰ ਕਰਾਈ ਹੈ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਫਿਰ ਮਾਰਕੀਟ ਦੇ ਵਿੱਚ ਫਿਰ ਆਪਣੇ ਧਰਮ ਦੇ ਲਈ ਆਪਣੇ ਸਮਾਜ ਦੇ ਲਈ ਉਹਨਾਂ ਦਾ ਜਿਹੜਾ ਸੇਵਾ ਕਰਨ ਦਾ ਬੀੜਾ ਚੁੱਕਿਆ ਔਰ ਸੇਵਾ ਅਸੀਂ ਕਰ ਰਹੇ ਹਾਂ ਹਾਂ ਅਗਰ ਗੱਗੀ ਪੰਡਤ ਕੋਲੇ ਕੋਈ ਸਤਿਆ ਤਾਂ ਹੈਗੀ ਆ ਤਾਂ ਉਹ ਇੱਕ ਪੱਤਰ ਤਾਂ ਕੱਢ ਕੇ ਦਿਖਾਵੇ ਕਿਸੇ ਇੱਕ ਸਿੰਗਲ ਬੰਦੇ ਨੂੰ ਲੈ ਕੇ ਤਾਂ ਆਵੇ ਐਲੀਗੇਸ਼ਨ ਲਾਣੇ ਦਾ ਬਹੁਤ ਸੌਖੇ ਨੇ ਐਲੀਗੇਸ਼ਨਾਂ ਨੂੰ ਪ੍ਰੂਵ ਹੀ ਕਰਕੇ ਦਿਖਾਵੇ ਪਰ ਉਸ ਤੋਂ ਪਹਿਲਾਂ ਆਪਣੇ ਮੰਝੇ ਹੇਟਾਂ ਉਹ ਝਾੜੂ ਮਾਰ ਲਵੇ ਤੇ ਆਪਣੀ ਜਿਹੜੀ ਆ ਆਪਣੇ ਕਾਗਜ਼ ਜਿਹੜੇ ਨੇ ਇਮਾਨਦਾਰੀ ਨਾਲ ਦਿਖਾਵੇ ਤੇ ਫਿਰ ਅਸੀਂ ਵੀ ਸਮਝਾਂਗੇ ਵੀ ਜਿਹੜਾ ਇਹ ਧਰਮ ਦਾ ਠੇਕੇਦਾਰ ਜਿਹੜਾ ਇਹ ਬਣਿਆ ਫਿਰਦਾ ਆ ਇਹ ਲੋਕਾਂ ਨੂੰ ਇਹ 마ਫੀਆਂ ਦੇਣ ਵਾਲਾ ਇਹ ਕੌਣ ਹੈ ਕਿੱਥੋਂ ਆਇਆ ਇਹ ਗੱਲਬਾਤ ਨੂੰ ਇਹ ਬੜਾ ਜਾਂਚ ਦਾ ਵਿਸ਼ਾ ਹੈ ਤੇ ਐਸਐਸਪੀ ਸਾਹਿਬ ਤੇ ਸਾਨੂੰ ਮਾਣ ਹੈ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਕਰਨਗੇ ਲਿਖਿਆ ਹੋਇਆ ਕਿ ਤੁਸੀਂ ਬਲੱਡ ਕੰਟਰੋਲ ਟੈਂਪ ਲਗਾਉਣੇ ਨੇ ਲੋਕਾਂ ਦੀ ਸੇਵਾ ਦੀ ਗੱਲ ਕਰ ਰਹੇ ਨੇ ਹਿੰਦੂ ਤਖਤ ਵਾਲੇ ਗੱਲ ਕੋਈ ਨਹੀਂ ਹੈ ਪੰਚਨੰਦ ਪੰਚਨੰਦ ਗਿਰੀ ਜੀ ਦੇ ਉਹੀ ਪੇਪਰ ਨੇ ਉਹੀ ਤਖਤ ਹੈ ਉਹੀ ਤਖਤ ਹੈ ਜਿਹਦੇ ਚ ਪੰਚਨੰਦ ਗਿਰੀ ਜੀ ਔਰ ਪ੍ਰਵੀਨ ਜੀ ਇਕੱਠੇ ਸੀ ਅੱਜ ਮਤਲਬ ਜਿਹੜਾ ਐਨਾ ਲੋਕਾਂ ਦਾ ਜਮੀਰ ਐਨਾ ਮਰ ਗਿਆ ਕਿ ਆਪਣੇ ਗੁਰੂ ਦੇ ਬਣਾਈ ਹੋਈ ਚੀਜ਼ਾਂ ਨੂੰ ਇਹ ਚੈਲੰਜ ਕਰਨਗੇ ਇਹ ਚੈਲੰਜ ਜਿਹੜਾ ਹਿੰਦੂ ਤਖਤ ਨੂੰ ਨਹੀਂ ਕਰ ਰਿਹਾ ਇਹ ਚੈਲੰਜ ਜਿਹੜਾ ਬ੍ਰਹਮ ਮलीन ਜਗਤਗੁਰੂ ਪੰਚਨੰਦ ਗਿਰੀ ਜੀ ਨੂੰ ਕਰ ਰਿਹਾ ਇਹ ਇਹ ਦਿਖਾਣਾ ਚਾ ਰਿਹਾ ਹੈ ਵੀ ਇਹਦਾ ਮਤਲਬ ਇਹ ਇਹ ਚੀਜ਼ ਪ੍ਰੂਫ ਕਰਨਾ ਚਾ ਰਿਹਾ ਕਿ ਜਿਹੜਾ ਪੰਚਾਨੰਦ ਗਿਰੀ ਜੀ ਨੇ ਜਿਹੜਾ ਤਖਤ ਬਣਾਇਆ ਸੀਗਾ ਉਹ ਝੂਠਾ ਆ ਇਹ ਗੁਰੂ ਦਾ ਚੇਲਾ ਇਹ ਗੁਰੂ ਦੀ ਮਾਨ ਮਰਿਆਤਾ ਕਿ ਆਪਣੇ ਗੁਰੂ ਦੀ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਉਹਨਾਂ ਦੀ ਜਿੰਨੀ ਅਗਰ ਤੁਸੀਂ ਆਪਣੇ ਮੀਡੀਆ ਚੱਕ ਕੇ ਆਪਣੇ ਕੈਮਰੇ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇਖੋਗੇ ਜਿੰਨੀ ਆਪਣੇ ਗੁਰੂ ਦੀ ਮਿੱਟੀ ਇਸ ਬੰਦੇ ਨੇ ਪਲੀਤ ਕੀਤੀ ਹੈ ਉਨੀ ਮਿੱਟੀ ਕਿਸੇ ਨੇ ਪਟਿਆਲੇ ਚ ਪਲੀਤ ਨਹੀਂ ਕੀਤੀ